ਪੁਰਾਣੀ ਪੰਜਾਬੀ ਗਾਇਕੀ ਨੂੰ ਸੋਣ ਵਾਲੇ ਬਹੁਤ ਸਾਰੇ ਲੋਕ ਇਹ ਮੰਨਦੇ ਆ ਰਹੇ ਕਲਦੀਪ ਬਾਣ ਕਬਰ ਸਿੰਘ ਚੌਕੀਲੇ ਤੋਂ ਖਾਰ ਖਾਦਾ ਸੀ ਇਸ ਗੱਲ ਵਿੱਚ ਕਿੰਨੀ ਕੋ ਸਚਾਈ ਹੈ ਕਿ ਕਲਦੀਪ ਬਾਣ ਨਾਲ ਗਾਉਣ ਵਾਲੀ ਗਾਇਕਾ ਅਬਰਜੋਤ ਕੌਰ ਨਾਲ ਚੌਕੀਲੇ ਨੇ ਧੱਕੇ ਨਾਲ ਵਿਆਹ ਕਰਵਾਇਆ ਸੀ ਗਾਇਕ ਕਲਦੀਪ ਬਾਣ ਅਤੇ ਅਬਰ ਸਿੰਘ ਚੌਕੀਲੇ ਬਾਰੇ ਚੱਲਦੀਆਂ ਇਹਨਾਂ ਚਰਚਾਵਾਂ ਦੀ ਗਵਾਹੀ ਬਹੁਤ ਸਾਰੀਆਂ ਘਟਨਾਵਾਂ ਭਰਦੀਆਂ ਹਨ ਕੀ ਕੁਝ ਹੋਇਆ ਇਹਦਾ ਦੁਆ ਪੰਜਾਬ ਦੇ ਸੁਪਰਸਟਾਰ ਗਾਇਕਾਂ ਦਾ ਆਫਸ ਵਿੱਚ ਇਹਦਾ ਦੁਆ ਉਤੇ ਹੀ ਆਧਾਰਿਤ ਹੈ ਅੱਜ ਕੁਝ ਅਜਿਹੇ ਘਟਨਾਵਾਂ ਬਾਰੇ ਤੁਹਾਡੇ ਨਾਲ ਚਰਚਾ ਕਰਾਂਗੇ ਕਿ ਕੀ ਇਹ ਗੱਲ ਸੱਚ ਹੈ ਕਿ ਕੁਲਦੀਪ ਬਾਡ ਕਵਰ ਸਿੰਘ ਚਮਕੀਲੇ ਤੋਂ ਸੱਚਮੁੱਚ ਹੀ ਖਾਰਕਾ ਦਾ ਸੀ ਪਰ ਉਸ ਤੋਂ ਪਹਿਲਾਂ ਬੇੜਤੇ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਜੋ ਤਕੀਦਨ ਹੀ ਤੁਹਾਨੂੰ ਸਭ ਤੋਂ ਵਧੀਆ ਲੱਗੇਗਾ ਕਹਿੰਦੇ ਅਨਕੇ ਇੱਕ ਵਾਰ ਕਰਦੀਪ ਬਾੜਕ ਕਿਤੇ ਜਾ ਰਿਹਾ ਹੁੰਦਾ ਤੇ ਉਸ ਦੇ ਨਾਲ ਕੋਰਸ ਕਰਨ ਵਾਲਾ ਸੁਖਵਿੰਦਰ ਪੰਛੀ ਨੇ ਬਾੜਕ ਤੋਂ ਪੁੱਛਿਆ ਜੋ ਕਿ ਉਸ ਵਕਤ ਬਾੜਕ ਸ਼ਰਾਬ ਪੀ ਰਿਹਾ ਸੀ ਪੰਛੀ ਬਾੜਕ ਨੂੰ ਕਹਿੰਦਾ ਕਿ ਉਸਤਾਦ ਜੀ ਚਮਕੀਨੇ ਦੀ ਨਵੀਂ ਟੇਪ ਆਈ ਹੈ ਮਾਰਕੀਟ 'ਚ ਕਿਹਾ ਕਬਾਰ ਕੀਤਾ ਹੈ ਉਹਨੇ ਚਰਨਜੀਤ ਔਜੇ ਦੇ ਬਿਊਚਕ ਦੇ ਦਾਲ ਸਿਰਾਂ ਲੱਗਿਆ ਹੋਇਆ ਹੈ ਅਗੋਂ ਬਾੜਕ ਕਹਿੰਦਾ ਕਿ ਕਿਹੜੀ ਟੇਪ ਫੇਰ ਪੱਜੀ ਬੋਲਦਾ ਹੈ ਕਿ ਟੇਪ ਦਾ ਨਾਮ ਹੈ ਜੀਜਾ ਲੱਕ ਮਿਲਦਾ ਬਾਣ ਕਾਪਰੇ ਟਿਚਰੀ ਸੁਭਾ ਕਰਨ ਸੁਭਾਵ ਕੀ ਬੋਲਿਆ ਕਿ ਨਾ ਜੀਜਾ 사ਲਾ ਟੇਲਰ ਮਾਸਟਰ ਹੈ ਜੋ ਫੀਤਾ ਲੈ ਕੇ ਖੜਾ ਹੈ ਸਾਲੀ ਦਾ ਲੱਕ ਮਿਲਣ ਵਾਸਤੇ ਐਵੇਂ ਹੀ ਇੱਕ ਵਾਰ ਦੀ ਲੋ ਡੈਰ ਤੇ ਤੂੜੀ ਵਾਲੇ ਟਰੱਕ ਨੇ ਪੂਰਾ ਟ੍ਰੈਫਿਕ ਜਾਮ ਕੀਤਾ ਹੋਇਆ ਸੀ ਜਦੋਂ ਬਾਣ ਕੋਣਾਰੇ ਹੋਰ ਰਸਤਿਆਂ ਪਿੰਡਾਂ ਵਿੱਚ ਦੀ ਗੱਡੀ ਕੱਢੀ ਤਾਂ ਇੱਕ ਪਿੰਡ ਵਿੱਚ ਫੇਰ ਉਹੀ ਗੀਤ ਵੱਜੇ ਕਿ ਜੀਜਾ ਲੱਕ ਮਿਲਦਾ ਸਕਬਿੰਦਰ ਪੰਛੀ ਤੋਂ ਫੇਰ ਰਿਆ ਰ ਗਿਆ ਤੇ ਬੋਲੇ ਕਿ ਉਸਤਾਦ ਜੀ ਆਹੀ ਗੜਾ ਹੈ ਜੀਦੇ ਬਾਰੇ ਮੈਂ ਕੱਲ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਉਸੇ ਵਕਤ ਬਾਣਕ ਨੇ ਇੱਕ ਤਾੜ ਕਰਦਾ ਥੱਪੜ ਪੰਛੀ ਦੇ ਘੜ ਤੇ ਝੜ ਦਿੱਤਾ ਤੇ ਬੋਲਿਆ ਕਿ ਇਹ ਤਾਂ ਨਿਹਰਾ ਗੰਦਾ ਹੈ ਮੈਂ ਉਹ ਜਾਰੇ ਨਹੀਂ ਛੋੜਦਾ ਇਸ ਤੋਂ ਬਾਅਦ ਸਾਰੀ ਗੱਡੀ ਵਿੱਚ ਹੀ ਚੁੱਪ ਪਸਰ ਗਈ ਥੋੜੀ ਦੂਰ ਅੱਗੇ ਜਾ ਕੇ ਨੀਨੋਵਾਰੀ ਡੇਰ ਦੇ ਪੁਲ ਦੇ ਉੱਤੇ ਫੇਰ ਆਹੀ 11 ਵਜੇ ਗਾਣਾ ਸੋੜਦੇ ਆ ਬਾਲਕ ਆਪੇ ਹੀ ਬੋਲ ਪਿਆ ਕਿ ਐਵੇਂ ਜੈ ਗੀਤ ਢਾਈ ਕੋ ਦਿਨ ਚੱਲਦੇ ਹੁੰਦੇ ਹਨ ਇਸ ਤੋਂ ਅਗਾਹ ਅੱਗੇ ਚੱਲ ਕੇ ਚਮਕੌਰ ਸਾਹਿਬ ਰੀਲਾਂ ਵਾਲੀ ਦੁਕਾਨ ਤੇ ਫੇਰ ਇਹੀ ਗਾਣਾ ਵਜੀ ਜਾਵੇ ਬਾਲਕ ਪੰਛੀ ਵੱਲ ਝਾੜਤੀ ਉੱਚੀ ਉੱਚੀ ਅਸਨ ਲੱਗ ਪਿਆ ਤੇ ਪੰਛੀ ਹੱਸਦੇ ਹੱਸਦੇ ਆ ਬੋਲਿਆ ਕਿ ਉਸਤਾਦ ਜੀ ਪਤਾ ਨਹੀਂ ਲੱਗ ਰਿਹਾ ਕਿ ਜੀਜਾ ਤਰਜੀ ਲੱਗਾ ਹੋਇਆ ਹੈ ਜਾਂ ਕੁਝ ਹੋਰ ਬਾਲਕ ਕਹਿ ਲੱਗਾ ਕਿ ਇਹ ਵੀ ਸਾਰੀ ਬਾਪ ਰੋਲੇ ਵਾਗ ਹਵਾ ਹੀ ਹੁੰਦੀ ਹੈ ਜੋ ਆਪਣੇ ਨਾਲ ਗੱਤਬੱਦ ਸਭ ਓਝ ਕੇ ਲੈ ਜਾਂਦੀ ਹੈ ਤੇ ਫਿਰ ਇਹੀ ਗੱਲਾਂ ਕਰਦੇ ਕਰਦੇ ਸਾਰੇ ਹਸਣ ਲੱਗ ਪਏ ਇਸੇ ਤਰ੍ਹਾਂ ਇੱਕ ਹੋਰ ਘਟਨਾ ਹੋਈ ਸੀ ਜਦੋਂ ਇੱਕ ਪਿੰਡ ਚਨੇਆੜੀ ਕੋਈ ਟੂਰਨਾਮੈਂਟ ਚੱਲ ਰਿਹਾ ਸੀ ਜਿੱਥੇ ਪ੍ਰਬੰਧਕਾਂ ਵੱਲੋਂ ਬਾਣਕ ਦੇ ਨਾਲ-ਨਾਲ ਚਮਕੀਦੇ ਨੂੰ ਵੀ ਬੁਲਾਇਆ ਗਿਆ ਸੀ ਜਿੱਥੇ ਸਟੇਜ ਸੈਕਟਰੀ ਨੇ ਇਹ ਐਨਾਨਸਮੈਂਟ ਕੀਤੀ ਕਿ ਪਹਿਲਾਂ ਅੱਜ ਬਕਰਦੀਪ ਬਾਣਕ ਗਾਵੇਗਾ ਸਟੇਜ ਦੇ ਆਲੇ-ਦੁਆਲੇ ਘਟੋ-ਘਟ ਡੇੜੇ-ਤੇੜੇ ਦੇ 25 ਪਿੰਡਾਂ ਦੇ ਲੋਕ ਆ ਕੇ ਬੈਠੇ ਹੋਏ ਸਨ ਗਰਾਊਂਡ ਦਰਸ਼ਕਾਂ ਨਾਲ ਖਾਚਾ ਖਾਚ ਨਹੀਂ ਬਲਕਿ ਉੱਪਰ ਤੋਂ ਲੈ ਕੇ ਥੱਲੇ ਤੱਕ ਸਾਰਾ ਭਰਿਆ ਹੋਇਆ ਸੀ। ਜ਼ਿਆਦਾਤਰ ਲੋਕ ਤਾਂ ਬੇਨੇ ਵਿੱਚ ਇਸੇ ਕਾਰਨ ਕਰਕੇ ਆਏ ਹੋਏ ਸਨ ਕਿ ਚਬਕੀਲਾ ਉਹਨਾਂ ਦੇ ਇਲਾਕੇ ਵਿੱਚ ਪਹਿਲੀ ਵਾਰ ਆ ਰਿਹਾ ਸੀ। ਜਦੋਂ ਸੈਕਟਰੀ ਨੇ ਬਾੜਕ ਦੀ ਅਦਵਸ ਬੈਟ ਕੀਤੀ ਤਾਂ ਸਟੇਜ ਦੇ ਹੇਠਾਂ ਬੈਠੀ ਭੀੜ ਦੇ ਉੱਤੇ ਉੱਤੀ-ਉੱਤੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਬਾਲਕ ਨੂੰ ਤਾਂ ਅਸੀਂ ਬਥੇਰਾ ਸੋਲ ਲਿਆ। ਹੁਣ ਇਹ ਦੂਰੀ ਸੋਦਾ ਪਹਿਲਾ ਚਬਕੀਲਾ ਲਾਓ। ਪਰ ਪੱਤਕਾ ਵਿੱਚ ਜਿਆਦਾ ਤਦਾਦ ਵਿੱਚ ਬਾਲਕ ਦੇ ਬਾਹਰ ਸਤਕਾਰ ਵਾਲੇ ਲੋਕ ਸਨ ਪਰ ਕੋਈ ਵੀ ਅਸਾਮ ਕਿਤਾਬ ਸਿਰੇ ਨਾ ਚੜਿਆ ਸਾਧੀਆਂ ਨੇ ਸਾਜ਼ ਵਜਾਉਣੇ ਵੀ ਸ਼ੁਰੂ ਕਰ ਦਿੱਤੇ ਸਨ ਪਰ ਲੋਕਾਂ ਨੇ ਹੱਥ ਉੱਪਰ ਕਰਕੇ ਦਾ ਨਾ ਦਾ ਰੌਲਾ ਪਾ ਦਿੱਤਾ ਕਿ ਨਹੀਂ ਨਹੀਂ ਅਸੀਂ ਤਾਂ ਪਹਿਲਾਂ ਚਮਕੀਲਾ ਹੀ ਸੁਦਾ ਹੈ ਚਮਕੀਨੇ ਤੇ ਜਾਣਕਾਰੀ ਬਹੁਤ ਲੋਕ ਇਹ ਗੱਲ ਕਹਿੰਦੇ ਹੁੰਦੇ ਆ ਕਿ ਜ਼ਬਰਤਾ ਤੇ ਚਮਕੀਲਾ ਕਦੇ ਵੀ ਇੱਕ ਦੂਜੇ ਨਾਲੋਂ ਵੱਖ ਨਹੀਂ ਸਨ ਹੋਏ ਜਦ ਵਕੀਲੇ ਵਿੱਚ ਡਿਬਰਤਾ ਘੋਟ ਘੋਟ ਕੇ ਭਰੀ ਹੋਈ ਸੀ ਇਸੇ ਟੂਰਨਾਮੈਂਟ ਵਿੱਚ ਉਸੇ ਸਮੇਂ ਚਮਕੀਲਾ ਆਪਣੀ ਗੱਡੀ ਵਿੱਚੋਂ ਉਤਰ ਕੇ ਸਟੇਜ ਤੇ ਪਹੁੰਚਦਾ ਹੈ ਲੋਕ ਉਸ ਨੂੰ ਦੇਖ ਕੇ ਉੱਚੀ ਉੱਚੀ ਕਲਕਾਰੀਆਂ ਮਾਰਨ ਲੱਗ ਪਏ ਪਰ ਚਮਕੀਲੇ ਨੇ ਸਟੇਜ ਤੇ ਪਹੁੰਚ ਕੇ ਸਭ ਤੋਂ ਪਹਿਲਾਂ ਝੁੱਕ ਕੇ ਆਪਣੇ ਦੋਵੇਂ ਹੱਥ ਬਾਰਕ ਦੇ ਪੈਰਾਂ ਨੂੰ ਲਾਏ ਅਤੇ ਬੈਕ ਫੜ ਕੇ ਚਮਕੀਲਾ ਬੋਲਿਆ ਕਿ ਬਾਰਕ ਸਾਹਿਬ ਗਾਇਕੀ ਦੀ ਮਿੱਠੀ ਛਬੀਰ ਦਾ ਨਾਅ ਹੈ ਜਿਸ ਦੇ ਲਈ ਸਤਕਾਰ ਸ਼ਬਦ ਵੀ ਬਹੁਤ ਛੋਟਾ ਹੈ ਬੈ ਦਾ ਦੇ ਪੈਰਾਂ ਵਿੱਚ ਆਪਣਾ ਸਿਰ ਰੱਖਦਾ ਬਾਲਕ ਸਾਹਬ ਅੱਜ ਪਹਿਲਾਂ ਹੀ ਗਾਉਣਗੇ ਜੇ ਤੁਸੀਂ ਉਹਨਾਂ ਨੂੰ ਨਹੀਂ ਸੋਡਾ ਤਾਂ ਅੱਜ ਚਾ ਵਕੀਲਾ ਇੱਥੋਂ ਵਿੜਾ ਗਾਏ ਹੀ ਵਾਪਸ ਬੜ ਜਾਵੇਗਾ ਜਿਸ ਤੋਂ ਬਾਅਦ ਐ ਜਾਪਿਆ ਜਿਵੇਂ ਸਿਖਰ ਦੁਪਹਿਰੇ ਹਾਰ ਦੇ ਬਹੀਦੇ ਵਿੱਚ 20 ਵਰਗਿਆ ਹੋਵੇ ਚਾ ਵਕੀਨੇ ਤੇ ਬੋਹੋ ਇਹ ਗੱਲ ਸੁਣ ਕੇ ਪੀੜ ਆਪਣੇ ਆਪ ਹੀ ਚੁੱਪ ਕਰਕੇ ਬੈਠ ਗਈ ਤੇ ਬਾਲਕ ਨੇ ਗਾਣਾ ਸ਼ੁਰੂ ਕਰ ਦਿੱਤਾ ਕਿ ਲੈ ਕੇ ਕਲਗੀ ਧਰ ਦਾ ਥਾਪੜਾ ਅਤੇ ਗਾ ਕੇ ਕਹਿਣ ਲਗਾ ਕੱਤ ਚਬਕੀਲਾ ਪਰ ਇਹ ਪ੍ਰ ਬੱਚਾ ਐ ਉਸ ਦਿਨ ਬਾਰਕ ਨੇ ਕਰੀਬ ਡੇਢ ਘੰਟਾ ਗਿਆ ਪਰ ਉਹ ਗੱਲ ਨਾ ਬਣੀ ਜੋ ਪਹਿਲਾਂ ਬਣੀ ਸੀ ਉਸ ਤੋਂ ਬਾਅਦ ਫਿਰ ਚਬਕੀਨੇ ਨੇ ਸਵਾ ਤਿੰਨ ਘੰਟੇ ਇੱਕੋ ਥਾਂ ਤੇ ਖੜ ਕੇ ਉਸ ਦਿਨ ਗਿਆ ਸੀ ਇਦਾਂ ਹੀ ਇੱਕ ਵਾਰ ਕਿਸੇ ਹੋਰ ਪੱਡ ਚਬਕੀਲੇ ਦਾ ਅਖਾੜਾ ਲੱਗਾ ਹੋਇਆ ਸੀ ਲੋਕਾਂ ਦੇ ਹੱਥਾਂ ਵਿੱਚ ਸੋਡੀ ਟੂੜਦੀਆਂ ਟੇਪਾਂ ਰਿਕਾਰਡ ਫੜੀਆਂ ਹੋਈਆਂ ਸਨ ਜੋ ਸਪੀਕਰਾਂ ਦੇ ਬੂਰੇ ਖੜ ਕੇ ਚਬਕੀਲੇ ਦੇ ਗੀਤ ਰਿਕਾਰਡ ਕਰ ਰਹੇ ਸਨ ਆੜੇ ਦਿਵਾਲੀ ਬਡੇਰਿਆਂ ਤੇ ਦਰਖਤਾਂ ਤੇ ਲੋਕ ਚੜ ਕੇ ਬੈਠੇ ਹੋਏ ਸਨ ਸਾਰੇ ਚਮਕੀਲੇ ਦੀ ਗਾਇਕੀ ਦਾ ਅਨੰਦ ਬੜ ਰਿਹਾ ਸੜ ਚਮਕੀਲਾ ਵਾਰ-ਵਾਰ ਸਾਰਿਆਂ ਦੀ ਫਰਮਾਇਸ਼ਾਂ ਪੂਰੀਆਂ ਕਰ ਰਿਹਾ ਸੀ ਲੋਕ ਪੰਜ-ਪੰਜ 10-10 ਰੁਪਏ ਦੇ ਕੇ ਆਪਣੇ ਬਲਪ੍ਰਸਾਦ ਗੀਤ ਚਮਕੀਲੇ ਕੋਲੋਂ ਗਵਾ ਰਹੇ ਸਨ ਇਸ ਦੌਰਾਨ ਇੱਕ ਵੱਡਾ ਸਟੇਜ ਤੇ ਚੜਦਾ ਹੈ ਜੋ ਚਮਕੀਲੇ ਕੋਲ ਫਰਮਾਇਸ਼ ਕਰਦਾ ਹੈ ਕਿ ਉਹ ਬੜਕ ਦੀ ਕਲੀ ਤੇਰੇ ਟਿੰਲੇ ਤੋਂ ਉਹ ਸੂਰਤ ਦੀਦੀ ਹੀਰ ਦੀ ਗੀਤ ਗਾਵੇ ਤੇ ਵਕੀਲਾ ਇਹ ਸੁਣ ਕੇ ਚੁੱਪ ਹੋ ਗਿਆ ਤੇ ਫਿਰ ਸਾਧੀਆਂ ਨੂੰ ਵੀ ਆਵਾਜ਼ ਬੰਦ ਕਰਨ ਲਈ ਕਿਹਾ ਗਿਆ ਜਦੋਂ ਸਾਰੇ ਪਾਸੇ ਚੁੱਪ ਪਸਰੀ ਤਾਂ ਫਿਰ ਚ ਵਕੀਲਾ ਹੱਥ ਜੋੜ ਕੇ ਬਾਈਕ ਵਿੱਚ ਬੋਲਿਆ ਕਿ ਮੈਂ ਆਪਣੇ ਵੱਡੇ ਵੀਰ ਕੁਲਦੀਪ ਬਾੜਕ ਦਾ ਕੋਈ ਗੀਤ ਨਹੀਂ गा ਸਕਦਾ ਮੈਂ ਅਜੇ ਏਡਾ ਵੱਡਾ ਕਲਾਕਾਰ ਨਹੀਂ ਬਣਿਆ ਕਿ ਆਪਣੀ ਜ਼ਬਰਦਸਤ ਕੋਈ ਉਹਨਾਂ ਦਾ ਗੀਤ ਗਾ ਸਕਾ ਤੇ ਵਕੀਲੇ ਨੂੰ ਇਹ ਗੱਲ ਸੁਣ ਕੇ ਸਾਰੇ ਉੱਥੇ ਬੈਠੇ ਲੋਕ ਆਸ਼ਾ ਅਚਾਰ ਉਠੇ ਤੇ ਚਮਕੀਨੇ ਦੇ ਆਪਣੇ ਗਾੜਿਆਂ ਨਾਲ ਅਖਾੜਾ ਫੇਰ ਭੱਗ ਗਿਆ ਇਹ ਦੇਉ ਭੁੱਖ ਕਟਨਾਵਾ ਜਿਨ੍ਹਾਂ ਦਾ ਜ਼ਿਕਰ ਕਰਕੇ ਚਮਕੀਨੇ ਤੋਂ ਬਾੜਕ ਨੂੰ ਖਾਰ ਖਾਦਾ ਦੱਸਿਆ ਜਾਂਦਾ ਹੈ ਹੋ ਸਕਦਾ ਹੈ ਕਿ ਲੋਕਾਂ ਨੇ ਬਹਿਜ ਇਹ ਗੱਲਾਂ ਹੀ ਬੜਾਈਆਂ ਹੋਣ ਹਕੀਕਤ ਇਸ ਤੋਂ ਕੋਹਾਂ ਦੂਰ ਹੋਵੇ ਹਾਲਾਂਕਿ ਕਲਦੀਪ ਬਾੜਕ ਚਮਕੀਨੇ ਦੇ ਦਫ਼ਤਰ ਵਿੱਚ ਅਕਸਰ ਹੀ ਆਉਂਦਾ ਜ਼ਿਆਦਾ ਰਹਿੰਦਾ ਸੀ ਤੇ ਚਮਕੀਲਾ ਬਾੜਕ ਨੂੰ ਆਪਣਾ ਵੱਡਾ ਬਾਈ ਬੰਦਦਾ ਸੀ ਸੋ ਇਹ ਸੀ ਅੱਜ ਦੀ ਪੂਰੀ ਕਹਾਣੀ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ